ਇਹ ਰੇਟ ਦੀ ਗੱਲ ਕਰੀਏ, ਕਿੱਥੋਂ ਸਟਾਰਟਿੰਗ ਹੋ ਜਾਂਦੀ ਹੈਗੀ ਆਪਣੇ ਰੇਟ ਵੀ? ਜਿੱਦਾਂ ਆਪਣਾ ਮਤਲਬ ਕਿ 100 ਤੋਂ ਸਟਾਰਟ, ਫੁੱਲ ਡਰਾਈ ਫਰੂਟ ਪਾ ਕੇ ਕੇਕ ਤਿਆਰ ਕਰਦੇ ਹਾਂ ਜੀ। ਮਤਲਬ ਕਿ ਜਿੱਦਾਂ ਕਿਸੇ ਨੇ ਸਪੈਸ਼ਲ ਕਰੀਮ ਨਾਲ ਤਿਆਰ ਕਰਵਾਉਣਾ, ਆਪਾਂ ਉਹ ਵੀ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ। ਮਾਨਸਾ ਸ਼ਹਿਰ ਦੇ ਵਿੱਚ ਖੜੇ ਹਾਂਗੇ SK ਕੇਕ ਪੇਸਟਰੀ ਹਾਊਸ। ਇਹਨਾਂ ਦੀ ਕੁਆਲਿਟੀ ਜਿਹੜੀ ਬਹੁਤ ਘੈਂਟ ਹੈ, ਗੁੱਡ ਕੁਆਲਿਟੀ ਹੈ ਪੇਸਟਰੀ ਦੇ ਕੇਕ ਦੀ। ਬਾਕੀ ਜਿਹੜਾ ਇਹਨਾਂ ਦਾ ਸਾਰੀਆਂ ਆਈਟਮਾਂ ਕਹਿ ਦਈਏ ਆਪਾਂ, ਇਹ ਹੋਲਸੇਲ 'ਤੇ ਸਿੱਧੀਆਂ ਵੱਡੇ ਵੱਡੇ ਸ਼ਹਿਰਾਂ ਜਾਂਦੀਆਂ, ਇੱਕ ਵੱਡਾ ਨਾਂ ਇਹਨਾਂ ਦਾ। ਪਰ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਹਾਂ, ਇਹ ਵੀਡੀਓ ਦੇ ਵਿੱਚ ਆਪਾਂ ਇੱਕ ਵੱਡੇ ਔਫਰ ਲੈ ਕੇ ਆਏ ਹਾਂ ਅਤੇ ਵਿਦ ਇੱਕ ਕੁਆਲਿਟੀ ਦਿਖਾਉਣੀ ਹੈਗੀ ਇਹਨਾਂ ਦੀ, ਕੁਆਲਿਟੀ ਕਿਸ ਤਰ੍ਹਾਂ ਦੀ ਹੈ। ਕਿਉਂਕਿ ਇਹ ਜਿਹੜਾ ਸਮਾਨ ਸਾਰਾ ਤਿਆਰ ਕਰਦੇ ਨੇਗੇ, A to Z ਸਾਰਾ ਬੇਸ ਇਹਨਾਂ ਦਾ ਆਪਦਾ ਹੈਗਾ। ਮੈਂ ਕਿ ਆਪਣੇ ਨਾਲ ਨੇ ਮੇਮ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਹਾਂਜੀ ਵਧੀਆ। ਮੇਨ ਆਪਾਂ ਲੋਕੇਸ਼ਨ ਦੱਸ ਦਈਏ ਸਭ ਤੋਂ ਪਹਿਲਾਂ ਵੀ, ਲੋਕੇਸ਼ਨ ਕੀ ਪੈਂਦੀ ਹੈ ਜੀ? ਲੋਕੇਸ਼ਨ ਵੀਰੇ ਆਪਣੀ ਬੱਸ ਸਟੈਂਡ 92 ਰੋਡ ਜੀ। ਹਾਂਜੀ। ਅਤੇ ਮੇਨ ਦੁਕਾਨ ਦੀ ਗੱਲ ਕਰੀਏ, ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਨੂੰ? ਵੀਰੇ ਸਾਨੂੰ ਹੋ ਗਏ ਮਤਲਬ ਕਿ 15 ਸਾਲ ਹੋ ਗਏ ਜੀ। ਹਾਂਜੀ। ਜੇ ਆਪਾਂ ਆਈਟਮਾਂ ਦੀ ਗੱਲ ਕਰੀਏ, ਕੀ ਕੀ ਆਈਟਮਾਂ ਜਿਹੜੀਆਂ ਤੁਸੀਂ ਖੁਦ ਤਿਆਰ ਕਰਦੇ ਹੋ? ਮਤਲਬ ਕਿ ਆਪਣਾ ਖੁਦ ਦਾ ਕੇਕ ਹੋ ਗਿਆ, ਬੇਸ ਵਗੈਰਾ ਹੋ ਗਿਆ ਆਪਣੇ, ਬਿਸਕਟ ਵਗੈਰਾ ਹੋ ਗਏ, ਮਤਲਬ ਕਿ ਜੋ ਵੀ ਬੇਕਰੀ ਤੇ ਚੀਜ਼ ਹੁੰਦੀ ਹੈ ਆਪਣੀ ਸਾਰੀ ਰੈਡੀ ਹੁੰਦੀ ਹੈ ਜੀ। ਜਿਵੇਂ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ, ਜਿਹੜਾ ਜ਼ਿਆਦਾ ਕੈਮੀਕਲ ਹੈ ਨਾ, ਕੋਈ ਇਦਾਂ ਦੀਆਂ ਚੀਜ਼ਾਂ ਪਾ ਰਹੇ ਹਾਂਗੇ ਵੀ ਜਿਹਦੇ ਨਾਲ ਸਿਹਤ ਦੀ ਖਿਲਵਾੜ ਹੁੰਦਾ ਹੈਗਾ, ਵੀ ਤੁਸੀਂ ਜਿਹੜਾ ਤਿਆਰ ਕਰ ਰਹੇ ਹੋ ਉਹਦੇ ਵਿੱਚ ਕੀ ਮੇਨ ਚੀਜ਼ਾਂ ਹੁੰਦੀਆਂ ਨੇਗੀਆਂ, ਉਹ ਥੋੜ੍ਹਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਕਰੀਮ ਹੁੰਦੀ ਆ ਉਹ ਵੀ ਆਪਣੀ ਖੁਦ ਦੀ ਵਧੀਆ, ਬਿਲਕੁਲ ਸਪੈਸ਼ਲ ਹੁੰਦੀ ਹੈਗੀ, ਉਹ ਵੀ ਆਪਾਂ ਵਧੀਆ ਕੁਆਲਿਟੀ ਦੀ ਲੈਂਦੇ ਹੈਗੇ ਜੀ। ਮਤਲਬ ਕਿ ਉਹਦੇ ਵਿੱਚ ਕੋਈ ਉਹ ਨਹੀਂ ਹੁੰਦਾ, ਡਰਾਈ ਫਰੂਟ ਵਗੈਰਾ ਆਪਣਾ ਫੁੱਲ ਹੁੰਦਾ ਹੈਗਾ ਜੀ। ਜਿੱਦਾਂ ਕੋਈ ਇੰਸਟਾਗ੍ਰਾਮ 'ਤੇ ਲਾ ਲਓ, ਕੋਈ ਵੀ ਕਿੱਦਾਂ ਦਾ ਕੇਕ ਆਪਾਂ ਨੂੰ ਦੇਖਦਾ, ਦਿਖਾ ਕੇ ਔਰਡਰ 'ਤੇ ਕੁਛ ਵੀ ਕਰਨਾ ਚਾਹੁੰਦਾ, ਉੱਦਾਂ ਆਪਾਂ ਬਣਾ ਦਿੰਦੇ ਹਾਂ ਜੀ। ਹਾਂਜੀ। ਅਤੇ ਰੇਟ ਦੀ ਗੱਲ ਕਰੀਏ, ਕਿੱਥੋਂ ਸਟਾਰਟਿੰਗ ਹੋ ਜਾਂਦੀ ਹੈਗੀ ਆਪਣੇ ਰੇਟ ਵੀ? ਜਿੱਦਾਂ ਆਪਣਾ ਮਤਲਬ ਕਿ 100 ਤੋਂ ਸਟਾਰਟ ਹੋ ਜਾਂਦਾ ਜੀ। ਹਾਂਜੀ। 150 ਜੀ, 150 ਰੁਪਏ ਤੋਂ ਸ਼ੁਰੂ ਹੋ ਕੇ ਜਿੱਦਾਂ ਦਾ ਲੈਣਾ ਹੈਗਾ ਉੱਦਾਂ ਦਾ ਕੇਕ ਦੇ ਹਿਸਾਬ ਨਾਲ ਜਿਹੜਾ ਰੇਟ ਹੋ ਜਾਂਦਾ ਹੈਗਾ। ਅਤੇ ਬਾਕੀ ਜੇ ਕਿਸੇ ਨੇ ਇੱਥੇ ਹੋਮ ਡਿਲੀਵਰੀ ਕਰਾਉਣੀ ਹੋਵੇ, ਉਹ ਵੀ ਹੋ ਜਾਂਦਾ ਹੈਗਾ? ਹਾਂਜੀ, ਉਹ ਵੀ ਹੋ ਜਾਂਦੇ ਜੀ। ਮੈਂ ਜਿਵੇਂ ਤੁਸੀਂ ਦੱਸਿਆ ਜਿਹੜੇ ਤੁਸੀਂ ਸਾਰੀਆਂ ਆਈਟਮਾਂ ਅਲੱਗ ਅਲੱਗ ਤਿਆਰ ਕਰਦੇ ਹੋ, ਉਹਨਾਂ ਦੀ ਜਿਹੜੀ ਕੁਆਲਿਟੀ ਆ, ਉਹ ਕੁਆਲਿਟੀ ਕੀ ਰਹਿੰਦੀ ਹੈਗੀ? ਕੁਆਲਿਟੀ ਜਿੱਦਾਂ ਵੀਰੇ ਮਤਲਬ ਕਿ ਜਿੱਦਾਂ ਕੇਕ ਬਣਾਉਂਦੇ ਨੇ, ਕੋਈ ਵੀ ਮਤਲਬ ਕਿ ਵਿੱਚੋਂ ਡਰਾਈ ਫਰੂਟ ਕਿਸੇ ਦੇ ਮਤਲਬ ਕਿ ਹੁੰਦਾ ਨਹੀਂਗਾ, ਆਪਾਂ ਫੁੱਲ ਡਰਾਈ ਫਰੂਟ ਪਾ ਕੇ ਕੇਕ ਤਿਆਰ ਕਰਦੇ ਜੀ। ਮਤਲਬ ਕਿ ਜਿੱਦਾਂ ਕਿਸੇ ਨੇ ਸਪੈਸ਼ਲ ਕਰੀਮ ਨਾਲ ਤਿਆਰ ਕਰਵਾਉਣਾ, ਆਪਾਂ ਉਹ ਵੀ ਕਰਦੇ ਹਾਂ ਜੀ। ਤੇ ਇੱਕ ਹੋਰ ਨਾਲ ਦੇ ਨਾਲ ਕਵਚਨ ਕਰੂੰਗਾ, ਜਿਹੜਾ ਤੁਸੀਂ ਕਰਦੇ ਹੋ ਸਾਰਾ ਖੁਦ ਤਿਆਰ ਕਰਦੇ ਹੋ? ਹਾਂਜੀ, ਆਪਾਂ ਖੁਦ ਤਿਆਰ ਕਰਦੇ ਹਾਂ, ਮਤਲਬ ਕਿ ਆਪਣੇ ਕੋਲ ਸਟਾਫ ਰੱਖਿਆ ਹੋਇਆ, ਖੁਦ ਦਾ ਸਟਾਫ ਹੈਗਾ, ਯਾਨੀ ਕਿ ਤੁਹਾਡੀ ਨਿਗਰਾਨੀ ਦੇ ਹੇਠ ਜਿਹੜਾ ਕੰਮ ਹੁੰਦਾ ਸਾਰਾ ਹੁੰਦਾ ਹੈਗਾ, ਯਾਨੀ ਕਿ ਕਹਿ ਦਈਏ ਜਿਹੜੇ ਸਾਡੇ ਭਰਾ ਵੀਡੀਓ ਦੇਖੀ ਜਾਂਦੇ ਨੇ, ਉਹਨਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਰਾ ਕੁਝ ਤਿਆਰ ਹੁੰਦਾ ਹੈਗਾ, ਵੀ ਉਹ ਦਿਲ ਖੋਲ ਕੇ ਇੱਥੇ ਆ ਸਕਦੇ ਨੇ। ਹਾਂਜੀ, ਠੀਕ ਹੈ। ਤੇ ਜੇ ਕੋਈ ਹੋਲਸੇਲ ਤੇ ਥੋਤੋਂ ਲੈ ਕੇ ਇਕੱਠਾ ਹੈ ਨਾ ਅੱਗੇ ਸੇਲ ਕਰਨਾ ਚਾਹੁੰਦਾ ਹੈਗਾ, ਤਾਂ ਉਹਦੇ ਲਈ ਸਪੈਸ਼ਲ ਆਫਰ ਕੀ ਰਹਿਣਗੇ? ਸਪੈਸ਼ਲ ਆਫਰ? ਅੱਛਾ, ਜਿਹੜਾ ਗਾਹਕ ਸਿੱਧਾ ਆ ਰਿਹਾ ਹੈਗਾ ਉਹਦੇ ਲਈ ਵੀ ਉਹੀ ਹੈਗਾ? ਹਾਂਜੀ। ਜੇ ਕੋਈ ਇੱਥੋਂ ਮਤਲਬ ਇਕੱਠਾ ਲੈ ਕੇ ਸਟਾਕ ਅੱਗੇ ਸੇਲ ਕਰਦਾ ਗਾ, ਉਹਨਾਂ ਲਈ ਵੀ ਤਾਂ ਉਹਨਾਂ ਲਈ ਵੀ ਉਹੀ ਹੈਗਾ, ਇਹ ਵੱਡੀ ਗੱਲ ਆ ਗਈ ਹੈ ਨਾ। ਬਾਕੀ ਜਿਹੜੀ ਮੇਨ ਗੱਲ ਹੈਗੀ ਇੱਥੋਂ ਦੀ, ਇੱਕ ਵੱਡਾ ਨਾਂ ਇਹਨਾਂ ਦਾ, ਕਿਉਂਕਿ ਕਾਫੀ ਸਮਾਂ ਪੁਰਾਣੇ ਤੋਂ ਇਹ ਕੰਮ ਕਰ ਰਹੇ ਨੇ, ਖੁਦ ਕਰ ਰਹੇ ਨੇ, ਖੁਦ ਦੀ ਰੇਖ ਦੇਖ ਦੇ ਵਿੱਚ ਕੰਮ ਸਾਰਾ ਹੋ ਰਿਹਾ ਹੈਗਾ। ਮੇਨ ਟੌਪਿਕ ਉੱਥੇ ਆ ਜਾਂਦਾ ਵੀ ਸਿਹਤ ਨੂੰ ਧਿਆਨ ਦੇ ਵਿੱਚ ਰੱਖ ਕੇ ਜਿੰਨਾ ਕੰਮ ਹੋ ਰਿਹਾ ਹੈਗਾ, ਉਹ ਇੱਕ ਜ਼ਿੰਮੇਵਾਰੀ ਸਮਝ ਕੇ ਸਾਰਾ ਕਰ ਰਹੇ ਨੇ। ਮੈਂ ਕਹਿੰਦਾ ਵੀ ਇੱਕ ਵਾਰ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਕੋਲ ਵਿਜ਼ਿਟ ਕਰਿਓ, ਕਿਉਂਕਿ ਸ਼ੇਅਰ ਵਾਲੇ ਖਾਤਰ ਵੀ ਇੱਕ ਵਧੀਆ ਆਫਰ ਦੇ ਰਹੇ ਨੇ। ਮੈਂ ਕਹੂੰਗਾ ਸ਼ੇਅਰ ਵਾਲੇ ਖਾਤਰ ਕੀ ਆਫਰ ਨੇ ਜੀ? ਜੀ, ਅਤੇ ਬਾਕੀ ਜੇ ਤੁਸੀਂ ਸਾਡੀ ਵੀਡੀਓ ਦੇਖ ਕੇ ਅਤੇ ਖੁਦ ਆ ਰਹੇ ਹੋ, ਤਾਂ ਇੱਕ ਵਾਰ ਸਕਰੀਨਸ਼ੋਟ ਦਿਖਾ ਦਿਓ। ਖੁਦ ਤੋਂ ਇਲਾਵਾ, ਇਹਨਾਂ ਤੋਂ ਇਲਾਵਾ ਆਪਣੇ ਵੱਲੋਂ ਜਿਹੜਾ ਆਫਰ ਹੋਊਗਾ ਉਹ ਤੁਹਾਨੂੰ ਖੁਦ ਇੱਥੇ ਆ ਕੇ ਪਤਾ ਲੱਗ ਜੂਗਾ। ਸੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਅਤੇ ਪੇਜ ਫੋਲੋ ਕਰਿਓ। ਬਹੁਤ ਬਹੁਤ ਧੰਨਵਾਦ ਜੀ।